ਮੁੰਡਾ ਸਾਡਾ ਕਹਿੰਦਾ ਗੋਆ ਜਾਣਾ ਵਾ, ਸਕੂਲੋਂ ਛੁੱਟੀ ਸਾਨੂੰ ਹਾਫ ਮਿਲੀ ਆ। ਹੈ ਆ ਗਏ ਮਗਰ ਉਵੇਂ ਤੁਹਾਡੀ ਨਾਨੀ ਉਹਨਾਂ ਦੀ ਜ਼ਬਾਨ ਵੀ ਚੱਲਦੀ ਆ। ਆ ਗਏ ਨਹੀਂ ਕਿਹਾ ਹਮਨੇ ਅਗਲੇ। ਹਾਂਜੀ ਗਾਇਜ਼, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਗਾਇਜ਼, ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਗਾਇਜ਼, ਜਿੱਦਾਂ ਕਿ ਤੁਹਾਨੂੰ ਪਤਾ ਹੋਣਾ, ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਜਿੱਦਾਂ ਕਿ ਉਹਨਾਂ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਜ਼, ਆਓ ਤੁਹਾਨੂੰ ਦਿਖਾਉਂਦੇ ਹਾਂ ਸਟੋਰੀ। ਗਾਇਜ਼, ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਲੈ ਵੀ ਹਰਜੀਤ ਕੌਰ ਜੀ, ਡਾਕਟਰ ਉਪਾਲਾ ਜੀ ਲੱਗੀ ਹੋਈ ਦਵਾ ਦਾ, ਹੈਂ ਰੋਟੀਆਂ ਲਾਉਣ, ਲੂਣ ਵਾਲੀਆਂ ਹੀ ਲਾ ਦੇ ਮੈਨੂੰ ਤਾਂ, ਲੱਸੀ ਨਾਲ ਸਵਾਹ ਬਹੁਤ ਲੱਗਦੀਆਂ। ਹੈਂ ਹੁਣ ਕੀ ਦੰਦ ਕੱਢਦਾ, ਤੂੰ ਨਹੀਂ ਖਾਣੀਆਂ ਚੰਗੀ ਲੱਸੀ ਨਾਲ ਚਿੱਡੀਓ। ਵਾਹ ਵੇਹ ਕਿਵੇਂ ਵੇਲਣਾ ਮਿਲਦੀ, ਤੈਨੂੰ ਪਤਾ ਜਿਵੇਂ ਇਹ ਵੇਲਣਾ ਚੱਲਦਾ ਉਵੇਂ ਤੁਹਾਡੀ ਨਾਨੀ ਉਹਨਾਂ ਦੀ ਜ਼ਬਾਨ ਵੀ ਚੱਲਦੀ ਆ। ਆ ਗਏ ਨਹੀਂ ਕਿਹਾ ਹਮਨੇ, ਆਪਕੋ ਤੋ ਕੁਛ ਨਹੀਂ ਕਹਾ, ਹਮ ਤੋ ਆਪਸ ਮੇਂ ਵਾਰਤਾਲਾਪ ਕਰ ਰਹੇ ਹੈ, ਆਪ ਕਿਉਂ ਐਂਗਰੀ ਬਰਡ ਬਣ ਰਹੇ ਹੈ, ਜੇ ਵੇਲਣਾ ਪਲੀਜ਼ ਡਰੋਪ ਦਿਸ ਵੇਲਣਾ ਪਲੀਜ਼, ਐਂਡ ਫੇਸ ਟੂ ਫੇਸ ਟੋਕ ਮੀ, ਓਕੇ। ਹੱਥ ਚਲਾਕੀ ਕਰਨ ਦੀ ਲੋੜ ਨਹੀਂ ਹੈਗੀ ਲੈਣਾ, ਓਕੇ। ਵਿੰਗਾ ਜਾਂ ਮੂੰਹ ਕਰਕੇ ਹੁਣ ਮੇਰੇ ਵਾਲੇ ਵਹਿਨੀ ਆ, ਟੁੱਟੀ ਕੁੱਜੀ ਅਰਗਾ ਅਗਲੇ ਮਾਰਜੀਏ। ਕੈਸੀ ਹੈ ਲੇਡੀਜ਼, ਇਹ ਦੇਖੋ ਸਾਡੀ ਜਿਹੜੀਆਂ ਸਾਡੀਆਂ ਇਨਫਲੂਐਂਸਰਾਂ ਨਾ, ਇਹ ਸਾਰੀਆਂ ਟਾਈਮ ਨਾਲ ਨਹਾ ਕੇ ਅਤੇ ਰੈਡੀ ਖੜੀਆਂ ਨੇ, ਅਤੇ ਇਹਨਾਂ ਨੂੰ ਕੋਈ ਚੱਕਰ ਨਹੀਂ। ਗੁੱਡ ਮਾਰਨਿੰਗ ਦੇ ਨਾਲ ਕੀ ਹਾਲ ਚਾਲ, ਮਾਂ ਪੁੱਤ ਦਾ ਪਿਆਰ ਵਾਜੀ ਵਾਹ। ਦੋਵੇਂ ਸਲਾਮਾਂ 'ਚ ਚੱਲੇ ਹੋਏ ਆ। ਓ ਮਾਈ ਗੋਡ, ਸਮਵਨ ਕਾਲਿੰਗ ਯੂ ਸਵੇਰੇ ਸਵੇਰੇ। ਓ ਮਾਈ ਗੋਡ, ਮਾਰਨਿੰਗ ਮਾਰਨਿੰਗ ਕੌਣ ਕਾਲ ਲਾਦਾ, ਸਨੋਵਰ ਬਲ ਚਾਹਤ ਨੂੰ ਅਵਲੀਨ ਨੂੰ ਦਾਬਰੇ ਸਾਰਿਆਂ ਨੂੰ, ਪੱਠੇ ਵਾਧੀ ਪਾ ਦੀ ਇਹਨਾਂ ਨੂੰ, ਥੋੜੀਆਂ ਜਿਹੀਆਂ ਥੋੜੀਆਂ ਲਿਸੀਆਂ ਹੋ ਗਈਆਂ ਤੇ ਚੱਕ ਦੇ ਗਰੀਬੀ। ਸੋਲਰ ਵਾਹਵਾ ਹੀ ਗੰਦਾ, ਧੋ ਦੀਏ ਥੋੜੀ ਫਿਰ ਲਾਈਟ ਵੱਧ ਬਣਾਉਣ ਲੱਗ, ਸੋਲਰ ਨੂੰ ਧੋਇਆ ਕਰੋ ਮਿੱਤਰੋ, ਹੁਣ ਚੱਕੀ ਇਹਦੀ ਗਰੀਬੀ। ਅਗਲੀ ਸਨੈਪ ਦੇਖੋ ਕਿ ਮੈਂ ਚਮਕਦਾ ਦੇਖੋ ਤੁਹਾਨੂੰ। ਨੀਟ ਐਂਡ ਕਲੀਨ, ਦਿਸ ਇਜ਼ ਦਾ ਵੇ ਆਫ ਦਾ ਤੇਜੀ ਯਾ ਬ੍ਰੋ। ਕੰਮ ਤਾਂ ਆਇਆ ਨਹੀਂ ਗਿਆ ਕੁਛ, ਇੱਥੇ ਮੂੰਹ ਚੱਕ ਕੇ ਆ ਗਏ ਆ। ਤੈਨੂੰ ਤੂੰ ਕਿ ਤੇਰੇ ਤੇ ਪਾਣੀ ਪੈ ਗਿਆ, ਹੋਰ ਪੀਉਂ ਤਾਂ ਸਾਨੂੰ ਦੋਵਾਂ, ਹੈਂ ਪੀਉਂ ਤਾਂ ਆ ਗਏ ਮਗਰ ਕਿਉਂ ਦਾ ਤੈਨੂੰ ਵੀ, ਤੂੰ ਤਾਂ ਨਹੀਂ ਭੱਜੀ, ਤੂੰ ਭੱਜ ਗਈ ਥੋੜੇ ਭੱਜੀ ਨਾ, ਇਹ ਕੌਣ ਦੰਦ ਵਿਖਾ, ਈ ਆਪਕੇ ਦੰਦ ਮੈਂ ਵਿਰਲ ਕਿਉਂ ਹੈ, ਤੂੰ ਕਹਿੰਦੀ ਤਾਂ ਹੁੰਦੀ ਤੇਰੇ ਦੰਦ, ਤੇਰੇ ਦੰਦ ਵਿਰਲੇ ਕਾਹਤ ਵਾ ਥੋੜੇ। ਲਓ ਵੀ ਦਰਿਆ 'ਚ ਆਏ ਨੇ ਦੋਵੇਂ ਵੀਰ, ਦਰਿਆ 'ਚ ਨਹੀਂ ਆਏ ਉਹ ਉੱਧਰ ਸਮੁੰਦਰ 'ਚ, ਸਮੁੰਦਰ 'ਚ ਆਏ, ਸਮੁੰਦਰ 'ਚ ਗੋਆ ਜਾਏ ਨੇ, ਇੱਥੇ ਫੀਲਿੰਗ ਲੈ ਜਾਈਏ ਗੋਆ। ਮੁੰਡਾ ਸਾਡਾ ਕਹਿੰਦਾ ਗੋਆ ਜਾਣਾ ਵਾ, ਸਕੂਲੋਂ ਛੁੱਟੀ ਸਾਨੂੰ ਹਾਫ ਮਿਲੀ ਆ, ਸੋ ਇੱਥੇ ਦਰਿਆ ਦੇ ਕੰਢੇ ਲੈ ਆਏ ਆ।
ਗੂੰਜ ਲਿਪੜੇ ਆਏ ਆ ਆਓ ਇੱਧਰ। ਵਧੀਆ ਫੀਲਿੰਗ ਆ ਰਹੀ ਹੈ ਗੋਆ ਦੀ ਵੈਸੇ ਤਾਂ, ਗੋਆ ਬੀਚ। ਚਲੋ ਬਈ ਕਰੀਏ ਪਾਰ ਬਾਰਡਰ। ਤੇਰਾ ਮੋਟਰਸਾਈਕਲ ਕਿੱਥੇ ਆ? ਮੇਰਾ ਮੋਟਰਸਾਈਕਲ ਹੈ ਜੀ, ਉਹ ਬਾਅਦ ਪਰਲੇ ਪਾਸੇ ਜਿਹੜਾ ਉਹ ਸਾਰਾ ਮੇਰਾ ਮੋਟਰਸਾਈਕਲ ਪਹਿਲੇ ਉੱਧਰ ਚਲ ਗਿਆ ਤੇ ਨਾ ਡਰਾ ਜਵਾਕਾਂ ਨੂੰ। ਪਾਣੀ ਡੂੰਘਾ ਹੀ ਹੋਵੇ ਤਾਂ ਕਿੰਨਾ ਕੁ ਡੂੰਘਾ ਹੋ ਪਾਣੀ ਬਈ? ਓ ਆ ਡਾਕ ਜਿੰਨਾ ਹੋਣਾ ਨਾ ਲੰਮਾ, ਸਾਨੂੰ ਉੱਧਰ ਛੱਡ ਦੇ ਪਰਲੇ ਪਾਸੇ ਖੇਤੀ, ਡਰ ਲੱਗਦਾ ਭਾਊ। ਹਾਂਜੀ ਗਾਇਜ਼, ਤੁਸੀਂ ਦੇਖ ਹੀ ਲਓ ਸਟੋਰੀ ਗਾਇਜ਼। ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ, ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।